ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਪ੍ਰਿੰਸ ਇੰਦਰਪ੍ਰੀਤ ਸਿੰਘ ਤੇ ਅੱਜ ਲੈ ਕੇ ਹਾਜ਼ਰ ਹੋਇਆ ਪ੍ਰਿੰਸ ਮਿਊਜ਼ਿਕ ਅਕੈਡਮੀ YouTube ਚੈਨਲ ਦੇ ਉੱਤੇ ਕਲਾਸ 10ਵੀਂ। ਬਹੁਤ ਸਾਰੇ ਬੱਚੇ ਤੁਹਾਡੇ ਮੈਸੇਜ ਆ ਰਹੇ ਹੈ ਜਿਹੜੇ ਸਿੱਖਣਾ ਚਾਹੁੰਦੇ ਨੇ ਤੇ ਜਿਹੜੇ ਇਸ ਚੈਨਲ ਦੇ ਮਾਧਿਅਮ ਰਾਹੀਂ ਸਿੱਖ ਰਹੇ ਨੇ। ਸੋ ਬੜੀ ਖੁਸ਼ੀ ਹੁੰਦੀ ਹੈ ਜਿਹੜੀ ਅਸੀਂ ਘਾਲਣਾ ਕਰਦੇ ਹਾਂ, ਮਿਹਨਤ ਕਰਦੇ ਹਾਂ, ਵੀਡੀਓ ਬਣਾਉਣਾ, ਉਹਨੂੰ ਐਡਿਟ ਕਰਨਾ, ਫਿਰ ਤੁਹਾਡੇ ਵਾਸਤੇ ਪਰੋਸ ਕੇ ਤੁਹਾਨੂੰ ਦੇਣਾ ਕਿ ਰਿਆਜ਼। ਕਿਉਂਕਿ ਪਹਿਲਾਂ ਜਿਹੜੀਆਂ ਤੰਗੀਆਂ ਆਉਂਦੀਆਂ ਹੁੰਦੀਆਂ ਸੀ ਸਿੱਖਣ ਲੱਗਿਆਂ, ਉਸਤਾਦ ਬੜੀ ਦੂਰ ਦੂਰ ਹੁੰਦੇ ਸੀਗੇ। ਲਾਈਕ ਮੈਂ ਖੁਦ ਸਿੱਖਣ ਵਾਸਤੇ ਆਪਣੇ ਘਰ ਤੋਂ ਬੜੀ ਦੂਰ ਬੱਸ 'ਤੇ ਸਿੱਖਣ ਵਾਸਤੇ ਜਾਂਦਾ ਹੁੰਦਾ ਸੀ ਅਤੇ ਬਟ ਅੱਜ ਜਿਹੜਾ ਯੁੱਗ ਆ ਗਿਆ ਯੂਟਿਊਬ ਦਾ, ਸੋਸ਼ਲ ਮੀਡੀਆ ਦਾ, ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ ਤੁਸੀਂ ਬੜੇ ਸਾਰੇ ਲੈਸਨ ਪ੍ਰਿੰਸ ਮਿਊਜ਼ਿਕ ਅਕੈਡਮੀ ਦੇ ਦੇਖ ਰਹੇ ਹੋ ਔਰ ਆਨੰਦ ਮਾਣ ਰਹੇ ਹੋ ਅਤੇ ਪ੍ਰੋਪਰ ਜਿਹੜੀ ਯੂਟਿਊਬ ਦੇ ਉੱਤੇ ਵੀਡੀਓ ਅਸੀਂ ਪਾਉਂਦੇ ਹਾਂ ਬੜੇ ਵਿਸਥਾਰ ਨਾਲ, ਬੜੇ ਟਿਕਾਓ ਦੇ ਨਾਲ ਫੇਸਬੁੱਕ ਔਰ ਯੂਟਿਊਬ ਦੇ ਉੱਤੇ ਤੁਸੀਂ ਜ਼ਰੂਰ ਜੁੜੋ, ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ। ਸੋ ਅੱਜ ਦੀ ਵੀਡੀਓ, ਤੁਹਾਡੇ ਸਵਾਲ ਆਏ ਸੀ ਕਿ ਸਾ ਦੀ ਪ੍ਰੈਕਟਿਸ ਸਰ ਮੈਨੂੰ ਦੱਸੋ ਕਿ ਅਸੀਂ ਸਹੀ ਕਰ ਰਹੇ ਹਾਂ। ਮੇਰੇ ਕੋਲ 5-7 ਤਾਂ ਕੱਲ੍ਹ ਹੀ ਰੀਸੈਂਟ ਜਿਹੜੇ ਮੈਸੇਜ ਆਏ ਜਿਹਨਾਂ ਨੇ ਬੱਚਿਆਂ ਨੇ ਮੈਨੂੰ ਸਾ ਲਾ ਕੇ ਵਿਖਾਇਆ ਤਾਂ ਉਹਨਾਂ ਵਿੱਚੋਂ 3 ਬੱਚੇ ਬਹੁਤ ਗਲਤ ਸਾ ਲਾ ਰਹੇ ਸੀਗੇ ਤਾਂ ਮੈਨੂੰ ਇਹ ਲੱਗਿਆ ਵੀ ਸਾ ਕਿਸ ਤਰੀਕੇ ਨਾਲ ਲਾਉਣਾ, ਇਹਦੇ 'ਤੇ ਵੀਡੀਓ ਪਾਉਣੀ ਚਾਹੀਦੀ ਹੈ। ਤਾਂ ਅੱਜ ਦੀ ਇਹ ਵੀਡੀਓ ਸਾ ਦੇ ਉੱਪਰ ਹੈ। ਤੁਸੀਂ ਦੇਖੋ ਇਹ ਤਾਨਪੁਰਾ ਜਿਹੜਾ ਵੱਜ ਰਿਹਾ ਹੈ। ਜਦੋਂ ਤੁਹਾਨੂੰ ਕਹੀਏ ਵੀ ਸਾ ਦੀ ਪ੍ਰੈਕਟਿਸ ਕਰਨੀ ਹੈ ਤਾਂ ਬੱਚੇ ਕੀ ਕਰਦੇ ਆ, ਜ਼ਿਆਦਾਤਰ ਥੱਲੋਂ ਪਾ ਤੋਂ ਸਾ ਦੇ ਆਉਂਦੇ, ਕਈ ਥਾ ਤੋਂ ਸਾ ਦੇ ਆਉਂਦੇ। ਸਪੋਜ਼ ਮੈਂ ਕਰਾਂ ਸਾ ਦੀ ਪ੍ਰੈਕਟਿਸ ਲਾਉਣੀ ਹੋਵੇ ਤਾਂ ਆਪਾਂ ਕਰੀਏ ਸਾ, ਹੁਣ ਮੈਂ ਪਾ ਤੋਂ ਸਾ ਦੇ ਆਇਆ, ਜਾਂ ਆਪਾਂ ਕਰੀਏ ਥਾ ਤੋਂ ਸਾ ਸਾ, ਜਾਂ ਆਪਾਂ ਨੀ ਨੂੰ ਵੀ ਯੂਜ਼ ਕਰ ਲੈਂਦੇ ਕਈ ਸਾ। ਸੋ ਇਹ ਇੱਕ ਓਰੀਜਨ ਨਹੀਂ ਹੈਗਾ, ਭਾਵ ਕਿ ਇੱਕ ਸੁਰ ਦੇ ਵਿੱਚ ਸਿਰਫ ਇੱਕ ਸੁਰ ਹੀ ਹੁੰਦਾ ਦੋਸਤੋ। ਜੇ ਮੈਂ ਗੱਲ ਕਰਾਂ ਵੀ ਇੱਕ ਤਾਨਪੁਰੇ ਦੇ ਵਿੱਚ 12 ਦੇ 12 ਸੁਰ ਨੇ, ਸਿਰਫ ਉਹਨੂੰ ਅੱਖਾਂ ਬੰਦ ਕਰਕੇ ਸਮਝਣ ਦੀ ਲੋੜ ਹੈ। ਜਦੋਂ ਤੁਹਾਨੂੰ ਤੁਹਾਡੇ ਸਾਹ ਦੀ ਪ੍ਰੋਪਰ ਪੋਜੀਸ਼ਨ ਸਮਝ ਲੱਗ ਗਈ ਤਾਂ ਉਹ ਸਾਰਾ ਸਮਝ ਲਈਏ ਵੀ ਸੰਗੀਤ ਹੀ ਤੁਹਾਡੇ ਅੰਦਰ ਵੱਸ ਗਿਆ। ਔਰ ਸਾਹ ਦੀ ਪ੍ਰੈਕਟਿਸ ਹੁਣ ਕਿਸ ਤਰੀਕੇ ਨਾਲ ਕਰਨੀ ਹੈ ਤੁਹਾਡਾ ਸਵਾਲ ਹੋਊਗਾ ਹਨਾ, ਬਹੁਤ ਜਣਿਆਂ ਦਾ। ਕਈ ਸਹੀ ਵੀ ਵਿੱਚੋਂ ਕਰਦੇ ਸੀ, ਸੋ ਜਿਹੜੇ ਗਲਤ ਕਰਦੇ ਆ ਉਹਨਾਂ ਵਾਸਤੇ ਸਪੈਸ਼ਲ ਸਾ ਦੀ ਜਿਹੜੀ ਤੁਸੀਂ ਚੈਕਿੰਗ ਕਰਨੀ ਹੈ, ਸਿਰਫ ਪਿੰਟ ਪੁਆਇੰਟ ਤੁਹਾਡਾ ਸਿਰਫ ਸਾ ਹੀ ਹੋਣਾ ਚਾਹੀਦਾ। ਜਿਵੇਂ ਕਹਿ ਲਓ ਤੀਰ ਕਮਾਨਾਂ, ਤੀਰ ਨਿਸ਼ਾਨਾ ਲਾਉਣੇ ਆ ਜਦੋਂ ਤਾਂ ਉਹ ਗੋਲ ਇੱਕ ਸਰਕਲ ਹੁੰਦਾ, ਉਹਦੇ ਜੇ ਬਿਲਕੁਲ ਹੂ ਗੱਬੇ ਜਾ ਕੇ ਸੈਂਟਰ ਦੇ ਵਿੱਚ ਜਾ ਕੇ ਜੇ ਉਹ ਵੱਜੇ ਤੀਰ ਤਾਂ ਉਹਨੂੰ ਬੈਸਟ ਮੰਨਿਆ ਜਾਂਦਾ। ਤਾਂ ਉਸੇ ਤਰ੍ਹਾਂ ਜਿਹੜਾ ਸਾ ਆ, ਹੁਣ ਆ ਸਿਰਫ ਸਿੱਧਾ ਸਾ ਨਾ, ਤੁਹਾਡਾ ਸੁਰ ਇੰਨਾ ਜ਼ਿਆਦਾ ਉਸ ਦੇ ਵਿੱਚ ਖੁੱਪ ਜੇ ਕਿ ਉਹ ਲੋਸਟ ਹੀ ਹੋ ਜੇ, ਗੁਪਤ ਹੀ ਹੋ ਜੇ, ਐਂ ਲੱਗੇ ਵੀ 2 ਸੁਰ ਹੈ ਹੀ ਨਹੀਂ, ਇੱਕ ਸੁਰ ਹੀ ਆ ਰਿਹਾ, ਤਾਨਪੁਰੇ ਦੀ ਆਵਾਜ਼ ਤੇ ਮੇਰੀ ਆਵਾਜ਼। ਹੁਣ ਇਹਦੇ ਚੋਂ ਹੀ ਸਾਰੇ ਸੁਰ ਇਸੇ ਤਰ੍ਹਾਂ ਆਪਾਂ ਲੱਭ ਸਕਦੇ ਹਾਂ, ਪਰ ਸ਼ੁਰੂਆਤ ਦੇ ਵਿੱਚ ਸਿਰਫ ਤੁਸੀਂ ਸਾ ਦੀ ਪ੍ਰੈਕਟਿਸ ਕਰਨੀ ਹੈ। ਇਹ ਜਦੋਂ ਤੁਸੀਂ ਤਾਨਪੁਰੇ ਜੋਗੇ ਹੋਵੋਗੇ, ਲਾਈਕ ਤੁਹਾਨੂੰ ਸੁਰਾਂ ਦੀ ਟਿਕਾਣੇ ਪ੍ਰੋਪਰ ਸਮਝ ਲੱਗ ਗਈ, ਇੱਥੇ ਸਾ ਆ, ਇੱਥੇ ਮਾ, ਸਹੀ ਲੱਗਿਆ ਸਾ ਪਾ। ਜਦੋਂ ਆਪਾਂ ਨੂੰ ਸੁਰਾਂ ਦੀ ਪ੍ਰੋਪਰ ਜਗ੍ਹਾ ਪਤਾ ਲੱਗਣ ਲੱਗ ਪਈ ਵੀ ਇੱਥੇ ਸਾ ਹੈ, ਇੱਥੇ ਮਾ ਹੈ, ਇੱਥੇ ਨੀ, ਇੱਥੇ ਦਾ,
ਉਦੋਂ ਤੁਸੀਂ ਤਾਨਪੁਰੇ ਦੀ ਵਰਤੋਂ ਕਰਨੀ ਸ਼ੁਰੂ ਕਰਿਓ। ਫਿਲਹਾਲ ਤੁਸੀਂ ਸਿਰਫ ਤੇ ਸਿਰਫ ਸਾ ਲਾਉਣ ਵਾਸਤੇ ਤਾਨਪੁਰੇ ਦੀ ਵਰਤੋਂ ਕਰਨੀ ਹੈ। ਹਾਂ, ਕੋਸ਼ਿਸ਼ ਤੁਸੀਂ ਕਰ ਸਕਦੇ ਹੋ, ਪਰ ਤੁਸੀਂ ਕਿਸੇ ਨੂੰ ਜ਼ਰੂਰ ਚੈੱਕ ਕਰਵਾਓ ਕਿ ਕਿਤੇ ਤੁਸੀਂ ਗਲਤ ਰਿਆਜ਼ ਤਾਂ ਨਹੀਂ ਕਰ ਰਹੇ। ਸੋ ਅੱਜ ਦੀ ਵੀਡੀਓ ਸਿਰਫ ਸਾ ਦੇ ਉੱਤੇ, ਜੇ ਤੁਹਾਨੂੰ ਸਮਝ ਲੱਗ ਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਪ੍ਰੈਕਟਿਸ ਕਰਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਾਓ। ਕਿਉਂਕਿ ਜੇ ਤੁਸੀਂ ਬੇਸਿਕ ਆਪਾਂ ਕਹਿ ਲਈਏ ਕਿ ਸਾ ਹੈ ਜਿਹੜਾ ਆਪਣੇ ਰਿਆਜ਼ ਦੀ, ਆਪਣੇ ਗਾਉਣ ਦੀ, ਸਾਰੇ ਦੀ ਕਿਸੇ ਦੀ ਨੀਂਹ ਹੈ, ਬੇਸ ਹੈ। ਜੇ ਆਪਣਾ ਬੇਸ ਹੀ ਗਲਤ ਹੈ ਦੋਸਤੋ, ਆਪਣੀ ਨੀਂਹ ਗਲਤ ਹੈ, ਤਾਂ ਉਹਦੇ 'ਤੇ ਜਿਹੜੀ ਮਹਿਲ ਦੀ ਉਹ ਸਾਰੀ ਕਿਸ ਤਰੀਕੇ ਨਾਲ ਹੋਊਗੀ। ਸੋ ਤੁਸੀਂ ਗੱਲ ਨੂੰ ਫੋਲੋ ਮੈਨੂੰ ਲੱਗਦਾ ਕਰ ਗਏ ਹੋਵੋਗੇ। ਸੋ ਜੇ ਵੀਡੀਓ ਚੰਗੀ ਲੱਗੀ ਤਾਂ ਤੁਹਾਨੂੰ ਅੱਗੇ ਦੇ ਕੇ ਸ਼ੇਅਰ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।